ਸੋ ਹੈ ਗਾਇਸ, ਕੀ ਹਾਲ ਚਾਲ ਹੈ? ਸਭ ਤੋਂ ਸਾਰੇ ਵਧੀਆ ਹੋਵਾਂਗੇ। ਨਿੱਜਰ ਕਾਪੀਡ ਕਰਨ ਔਜਲਾ ਸੌਂਗ ਵਾਈਨਸ ਯੋਯੋਨੀ ਸਿੰਘ ਟੁੱਕ ਸ਼ੋਟਸ ਔਨ ਬਾਦਸ਼ਾਹ। ਅੱਜ ਚੈੱਕ ਕਰਦੇ ਕੀ ਸਕਦਾ ਵਾ। ਕੁਛ ਕਹਿ ਰਹੇ ਨਿੱਜਰ ਨੇ ਵੀ ਕੁਛ ਲਾਈਨਾਂ ਔਜਲੇ ਨੂੰ ਸੁਣਾਈਆਂ ਨੇ, ਸੋ ਦੇਖਦੇ। Check the mic and make sure it sound right, boys. The words of police ki veo ki hal chal Nijar bhai ne hune hune ek album chhaddi hai ji, jis album da naam hai His Story. Is album de vich apan nu Yo Yo Honey Singh di featuring vi dekhan nu mili hai, jis gaane de vich Yo Yo Honey Singh featured ne, gaane da naam hai ji Accounts. Us gaane de mainu kafi sariyan lines Karan Aujla de purane gaanyan de naal similar lagiyan, jide bare ajj di is video chamche thaliya type de vich apan gal baat karange. But before starting the video, ek cheez main pehliyan ch clear kar deni chahuna ki main Nijar bhai da koi hater nahi, even though I'm a huge fan of Yeah, me too. ਸਾਡਾ ਵੱਡਾ ਭਰਾ ਆ, ਵਧੀਆ ਕੰਮ ਕਰ ਰਿਹਾ ਬਾਈ। ਬਸ ਮਿਊਜ਼ਿਕ ਮੈਨੂੰ ਨਿੱਜਰ ਬਾਈ ਦੇ ਗਾਣੇ ਪਰਸਨਲੀ ਕਾਫੀ ਘੈਂਟ ਲੱਗਦੇ ਆ। ਮੈਨੂੰ ਲੱਗਦਾ ਆਲਮੋਸਟ ਸਾਰੇ ਗਾਣੇ ਨਿੱਜਰ ਬਾਈ ਦੇ ਸੁਣੇ ਹੋਣਗੇ। ਅੱਜ ਤੋਂ ਕਾਫੀ ਟਾਈਮ ਪਹਿਲਾਂ ਆਪਾਂ ਨੂੰ ਕਰਨ ਵਾਲੇ ਬਾਈ ਨਾਲ ਵੀ ਨਿੱਜਰ ਬਾਈ ਦਾ ਇੱਕ ਫੀਚਰਿੰਗ ਗਾਣਾ ਦੇਖਣ ਨੂੰ ਮਿਲਿਆ। ਮੈਂ ਕਾਫੀ ਵੀਡੀਓਜ਼ ਦੇ ਵਿੱਚ ਨਿੱਜਰ ਬਾਈ ਦਾ ਯੂਜ਼ਲੀ ਜ਼ਿਕਰ ਵੀ ਕੀਤਾ ਹੋਇਆ ਕਿ ਬਹੁਤ ਜ਼ਿਆਦਾ ਟੈਲੈਂਟਡ ਆ ਨਿੱਜਰ ਬਾਈ, ਬਟ ਸਟਿਲ ਅੰਡਰਰੇਟਡ ਆ, ਅੰਡਰਗਰਾਊਂਡ ਚੱਲ ਰਿਹਾ ਹੁਣ ਮੇਨਸਟ੍ਰੀਮ ਲੈਵਲ ਦੇ ਆਰਟਿਸਟ ਯੋ ਯੋ ਹਨੀ ਸਿੰਘ ਨਾਲ ਨਿੱਜਰ ਨੇ ਕੰਮ ਕੀਤਾ। ਸੋ ਆਬਵੀਅਸਲੀ ਐਲਬਮ ਵੀ ਕਾਫੀ ਬਿਗ ਜਾਊਗੀ ਤੇ ਗਾਣਾ ਵੀ ਕਾਫੀ ਬਿਗ ਜਾਊਗਾ। ਬਟ ਕਿਤੇ ਨਾ ਕਿਤੇ ਗਾਣਾ ਸੁਣ ਕੇ ਮੈਨੂੰ ਇਹ ਲੱਗ ਰਿਹਾ ਸੀ ਕਿ ਯਾਰ ਇਹ ਸਾਰੀਆਂ ਲਾਈਨਾਂ ਜਿਹੜੀਆਂ ਮੈਂ ਇਸ ਵੀਡੀਓ 'ਚ ਪੁਆਇੰਟ ਆਊਟ ਕਰਨੀਆਂ ਨੇ, ਇਹ ਲਾਈਨਾਂ ਮੈਂ ਪਹਿਲਾਂ ਵੀ ਸੁਣ ਰੱਖੀਆਂ। ਸੋ ਨੋ ਹੇਟ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਕਰਦੇ ਹਾਂ ਵੀਡੀਓ ਸਟਾਰਟ। ਸਭ ਤੋਂ ਪਹਿਲਾਂ ਤਾਂ ਜੇ ਗੱਲ ਕਰ ਲਿੱਤੀ ਜਾਵੇ ਇਸ ਗਾਣੇ ਦੀ ਹੁੱਕ ਲਾਈਨ ਅਤੇ ਸਟਾਰਟਿੰਗ ਲਾਈਨ ਕਾਫੀ ਸਿਮਿਲਰ ਆ ਜੀ ਕਰਨ ਵਾਲੇ ਬਾਈ ਦੇ ਗਾਣੇ ਨਾਲ। ਪਹਿਲਾਂ ਤੁਸੀਂ ਆ ਹੁੱਕ ਲਾਈਨ ਸੁਣੋ। ਸੋ ਗਾਣੇ ਦੀ ਹੁੱਕ ਲਾਈਨ ਕਹਿ ਰਹੀ ਹੈ ਯਾਰ ਗੋਰੀਏ, ਓਕੇ, ਕਿ ਸਾਡੇ ਖਾਤਿਆਂ 'ਚ ਪੈਸੇ ਕਿੱਥੇ ਯਾਰ ਗੋਰੀਏ। ਮਤਲਬ ਇਹੋ ਜਿਹੀਆਂ ਸੇਮ ਲਾਈਨ ਆਪਾਂ ਕਰਨ ਵਾਲੇ ਬਾਈ ਦੇ ਮੂਵੀ ਹਜ਼ਾਰ ਵਾਰੀ ਸੁਣੀਆਂ ਹੋਈਆਂ, ਜਿਹਦੇ ਵਿੱਚ ਕਰਨ ਵਾਲਾ ਬਾਈ ਕੁਛ ਇੱਦਾਂ ਕਹਿ ਰਿਹਾ ਹੁੰਦਾ, ਸਾਡੇ ਖਾਤੇ 'ਚ ਤਾਂ ਹੈ ਨਹੀਂ ਸਾਰੇ ਅੜੀਆਂ ਤੇ ਲਾਤੇ ਤੇ। ਸੋ ਇਹਨਾਂ ਦੋਨਾਂ ਹੀ ਲਾਈਨਾਂ ਦਾ ਓਕੇ ਮਤਲਬ ਸੇਮ ਆ, ਬਟ ਕੋਈ ਵੀ ਯੂਜ਼ ਕਰ ਸਕਦਾ ਇਹ ਲਾਈਨ, ਹੈ ਨਾ? ਓਬਵੀਅਸਲੀ, ਕਿਉਂਕਿ ਕਈ ਐਸੇ ਲੋਕ ਹੈਗੇ ਜ਼ਿੰਦਗੀ 'ਚ, ਠੀਕ ਹੈ, ਜਿਨ੍ਹਾਂ ਨੇ ਪੈਸਾ ਘੱਟ ਬਟ ਯਾਰ ਬਹੁਤ ਜ਼ਿਆਦਾ ਕਮਾਇਆ। ਸੇਮ ਮੀਨਿੰਗ ਬਣ ਰਿਹਾ ਕਿ ਯਾਰ ਸਾਡੇ ਖਾਤਿਆਂ 'ਚ ਪੈਸੇ ਹੈ ਨਹੀਂ। ਉਸ ਤੋਂ ਬਾਅਦ ਆਉਂਦੀ ਹੈ ਜੀ ਇਹ ਲਾਈਨ, ਆਦਾ ਸੁਣਦੇ ਸਾਰੀ ਪਤਾ ਲੱਗ ਗਿਆ ਸੀਗਾ ਵਿਖਿਆ। ਉਸ ਤੋਂ ਬਾਅਦ ਆਉਂਦੀ ਹੈ ਜੀ ਨਿੱਜਰ ਦੀ ਆਹ ਲਾਈਨ, ਜਿਹਦੇ ਵਿੱਚ ਨਿੱਜਰ ਬਾਈ ਕਹਿ ਰਿਹਾ ਹੁੰਦਾ ਕਿ ਸਾਡੇ ਨਾਲ ਚਮਚੇ ਨਾ ਥਾਲੀਆਂ ਨਾ ਕੋਈ ਚੇਲੇ, ਸਾਡੇ ਨਾਲ ਕੋਈ ਚਮਚੇ ਨਾ ਥਾਲੀਆਂ ਨਾ ਚੇਲੇ। ਇੱਦਾਂ ਦੀ ਸੇਮ ਲਾਈਨ ਆਪਾਂ ਨੂੰ ਕਰਨ ਔਜਲਾ ਤੇ ਐਵੀ ਸਰਾਂ ਵਾਲੇ ਗਾਣੇ ਵਾਈਟ ਬਰਾਊਨ ਬਲੈਕ 'ਚ ਸੁਣਨ ਨੂੰ ਮਿਲੀ ਸੀ। ਯਾਰ ਨੇ ਪੱਕੇ ਅਸੀਂ ਨਹੀਂ ਰੱਖੇ ਨਹੀਂ ਚਮਚੇ ਥਾਲੀਆਂ ਨਹੀਂ। ਯਹੀ ਨਹੀਂ, ਅਭੀ ਔਰ ਸੁਣੀਏ, ਸਾਡੇ ਨਾਲ ਕੋਈ ਚਮਚੇ ਨਾ ਥਾਲੀਆਂ ਨਾ ਚੇਲੇ, ਚਮਚੇ ਨਾ ਥਾਲੀਆਂ ਨਾ ਸਾਡੇ ਕੋਈ ਚੇਲੇ। ਓਕੇ 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 ਸੋ ਵੀ ਕੈਨ ਸੇ ਲਾਈਕ, ਹਾਂ ਕਿ ਇੱਥੇ ਠੀਕ ਹੈ ਇਹਨਾਂ ਨੇ ਯੂਜ਼ ਕੀਤੀ ਲਾਈਨਸ, ਬਟ ਠੀਕ ਵੀ ਹੈ ਯਾਰ, ਕਰ ਸਕਦੇ ਗੱਲ, ਮਤਲਬ ਮੇਰੇ ਹਿਸਾਬ ਨਾਲ ਚਲੋ। ਹਾਂ, ਐਗਜੈਕਟ ਸੇਮ ਲਾਈਨਸ ਨੇ, ਠੀਕ ਹੈ, ਚਮਚੇ ਨਾ ਥਾਲੀਆਂ ਨਾ ਚੇਲੇ, ਠੀਕ ਹੈ, ਉਸ ਤਰੀਕੇ ਨਾਲ ਮੇਰੀ ਨਕਲ ਦੱਸਦਾ ਹੈ। ਉਸ ਤੋਂ ਬਾਅਦ ਜਦੋਂ ਮੈਂ ਇਸ ਗਾਣੇ ਦੀ ਆਹ ਲਾਈਨ ਸੁਣੀ ਨਾ, ਮੈਂ ਕਾਫੀ ਸ਼ੌਕ ਹੋ ਗਿਆ ਸੀ। ਆਪੀ ਮਾਰੇ ਜਿਓ ਅਸੀਂ ਵੀ ਤਿਆਰ ਗੋਰੀਏ ਨਹੀਂ। ਇਹ ਵੈਸੇ ਆਈ ਸੀ ਨਾ ਸਿੱਧੂ ਵਾਲੀ ਪਾਸੇ ਨੂੰ ਆਈ ਸੀ ਗੱਲ, ਹੈਂ ਇਹ ਗੱਲ ਕਿੱਧਰ ਜਾ ਰਹੀ ਆ? ਆਪੀ ਮਾਰੇ ਜਿਓ ਅਸੀਂ ਵੀ ਤਿਆਰ ਗੋਰੀਏ ਨਹੀਂ ਮਿਠਿਆ ਨਾ ਆ ਨਾ 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 ਨਾ। ਆਈ ਡੋਨਟ ਨੋ ਮੈਨੂੰ ਇਹ ਲਾਈਨ ਪੁਆਇੰਟ ਆਊਟ ਕਰਨੀ ਚਾਹੀਦੀ ਸੀ ਕਿ ਨਹੀਂ, ਬਟ ਮੈਂ ਜਦੋਂ ਸੁਣਿਆ ਨਾ ਮੇਰੇ ਦਿਮਾਗ 'ਚ ਸਿੱਧਾ ਆਹੀ ਚੀਜ਼ ਆਈ।
ਆਈ ਤਾਂ ਸੀ ਮੇਰੇ ਤੁਸੀਂ ਰਿਐਕਸ਼ਨ ਜਾ ਕੇ ਚੈੱਕ ਕਰੋ, ਮੈਂ ਥਾਪੀ ਮਾਰੀ ਉੱਥੇ, ਠੀਕ ਹੈ। ਤਾਂ ਓਬਵੀਅਸਲੀ ਉੱਥੇ ਉਹ ਸਿੱਧੂ ਬਾਈ ਦਾ ਇੱਕਦਮ ਖਿਆਲ ਆਇਆ ਸੀਗਾ ਕਿ ਹਾਂ ਯਾਰ ਸਹੀ ਗੱਲ ਆ। ਉਸ ਤੋਂ ਬਾਅਦ ਇਸ ਪੈਰੇ ਦੇ ਵਿੱਚ ਜਿਹੜੀਆਂ ਇਹ ਲਾਈਨਸ ਨੇ, ਤਾਂ ਮੈਨੂੰ ਲੱਗਦਾ ਬਾਈ ਨੇ ਸਟ੍ਰੇਟ ਰਿਪਲਾਈ ਕੀਤਾ, ਕਿਸੇ ਨੂੰ ਪਤਾ ਨਹੀਂ ਬਾਈ ਦਾ ਕੌਣ ਦੁਸ਼ਮਣ ਆ, ਕਿਹੜਾ ਬਾਈ ਦਾ ਵਿਰਚੁਅਲ ਕੋਈ ਦੁਸ਼ਮਣ ਹੈਗਾ ਜਿਹਨੂੰ ਬਾਈ ਗਾਣੇ 'ਚ ਰਿਪਲਾਈ ਦੇ ਰਿਹਾ। ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਜੀ ਇਸ ਗਾਣੇ ਦਾ ਮੇਨ ਪਾਰਟ, ਜਿਹਦੇ ਕਰਕੇ ਇਸ ਗਾਣੇ 'ਤੇ ਬਹੁਤ ਜ਼ਿਆਦਾ ਵਿਊਜ਼ ਆਉਣਗੇ ਅਤੇ ਆ ਵੀ ਰਹੇ ਆ। ਹਨੀ ਸਿੰਘ ਦੇ ਰੈਪਰਸ ਸਾਊਂਡ ਕਰ ਰਿਹਾ, ਵੀਡੀਓ ਵੀ ਕਾਫੀ ਲੈਵਿਸ਼ ਬਣਾਈ ਆ, ਕਾਫੀ ਨੋਟ ਖਰਚੇ ਗਏ ਵੀ ਨਿੱਜਰ ਬਾਈ ਵੱਲੋਂ ਇਸ ਗਾਣੇ ਦੀ ਮਿਊਜ਼ਿਕ ਵੀਡੀਓ ਦੇ ਉੱਤੇ, ਜਿਹਦੇ ਵਿੱਚ ਕਾਫੀ ਸਾਰੀਆਂ ਕੁੜੀਆਂ ਦਿਖਾਈਆਂ ਜਾ ਰਹੀਆਂ। ਹਨੀ ਸਿੰਘ ਪੂਰਾ ਹੈ ਲੈਵਿਸ਼ ਲਾਈਫ ਸਟਾਈਲ ਦਿਖਾਇਆ ਜਾ ਰਿਹਾ। ਯੋਯੋ ਹਨੀ ਸਿੰਘ ਦਾ ਰੈਪ ਹਨੀ ਸਿੰਘ ਨੇ ਖੁਦ ਨੇ ਲਿਖਿਆ, ਲੀਓ ਗਰੇਵਾਲ ਨੇ ਲਿਖਿਆ। ਇਸ ਰੈਪ ਦੇ ਵਿੱਚ ਵੀ ਇੱਕ ਲਾਈਨ ਆਉਂਦੀ ਹੈ ਜੋ ਮੈਨੂੰ ਕਿਤੇ ਨਾ ਕਿਤੇ ਸਬਲੀਮੀਨਲ ਸ਼ਾਟ ਲੱਗ ਰਿਹਾ, ਜੋ ਤੁਸੀਂ ਸੁਣੋਗੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਕਿ ਹਨੀ ਸਿੰਘ ਕਿਹਨੂੰ ਕਹਿ ਸਕਦਾ। ਓਕੇ, ਸੋ ਇਹ ਸੀਗੀਆਂ ਕੁਛ ਲਾਈਨ ਨਾ ਜਿਹੜੀਆਂ ਮੈਂ ਇਸ ਗਾਣੇ ਦੀਆਂ ਪੁਆਇੰਟ ਆਊਟ ਕਰਨਾ ਚਾਹੁੰਦਾ ਸੀ, ਤਾਂ ਕਿ ਤੁਹਾਡੇ ਨੋਟਿਸ 'ਚ ਆਉਣ, ਤੁਹਾਨੂੰ ਲੱਗੇ ਕਿਤੇ ਨਾ ਕਿਤੇ ਸੀ ਲਾਈਨਾਂ ਪਹਿਲਾਂ ਵੀ ਸੁਣੀਆਂ ਹੋਈਆਂ। ਇਸ ਲਾਈਨਾਂ ਦੇ ਥਰੂ ਨਿੱਜਰ ਬਾਈ ਕਿਹਨੂੰ ਰਿਪਲਾਈ ਕਰਨਾ ਚਾਹ ਰਿਹਾ, ਕਿਉਂਕਿ ਰੀਸੈਂਟਲੀ ਇੱਕ ਧੂੰਆਂ ਜਿਹਾ ਉੱਡਿਆ ਸੀਗਾ ਕਿ ਨਿੱਜਰ ਬਾਈ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਕ ਕੀਤਾ ਜੀ ਕਰਨ ਔਜਲ ਨੂੰ ਬੇਫਾਲਤੂ ਦੀ, ਹੈ ਨਾ। ਹਾਂ, ਐਲ ਵੀ ਲਾ ਕੇ ਉੱਧਰ ਕਰਨ ਆਪਣੀ ਫੋਰਮੀ ਦੀ। ਦੇਖੋ ਇਸ ਗੱਲ ਚੀਜ਼ ਮੈਂ ਜਮ੍ਹਾਂ ਗੱਲ ਨਹੀਂ ਕਰੀ, ਠੀਕ ਹੈ, ਕਿਉਂਕਿ ਮੈਨੂੰ ਉੱਧਰ ਪਤਾ ਲੱਗਿਆ, ਮੈਂ ਕਿਹਾ ਯਾਰ ਲੱਗਿਆ ਤਾਂ ਉੱਧਰ ਹੀ ਹੈ, ਕਿਉਂਕਿ ਓਬਵੀਅਸਲੀ ਨਿੱਜਰ ਨੇ ਪਹਿਲਾਂ ਐਲ ਵੀ ਯੂਜ਼ ਕੀਤਾ, ਠੀਕ ਹੈ, ਆਪਣੇ ਸਾਰੇ ਕੱਪੜੇ, ਫਿਰ ਔਜਲਾ ਆ ਗਿਆ ਐਲ ਵੀ 'ਚ, ਠੀਕ ਹੈ। ਉਹ ਚੀਜ਼ ਲੱਗੀ ਮੈਨੂੰ, ਕਿਉਂਕਿ ਉਹ ਜਸਟ ਹੈ ਨਾ ਇੱਕ ਐਲ ਵੀ ਦਾ ਲੋਗੋ ਪਾ ਕੇ ਅਤੇ ਉੱਤੇ ਹਾਸੇ ਵਾਲੇ ਮੋਜੀ ਪਾ ਕੇ ਬਾਈ ਨੇ ਆਪਦਾ ਗਾਣਾ ਲਾ ਰੱਖਿਆ ਸੀ। ਸੋ ਕਾਫੀ ਲੋਕ ਕਹਿ ਰਹੇ ਸੀ ਕਿ ਸ਼ਾਇਦ ਇਹ ਕਰਨ ਵਾਲੇ ਨੂੰ ਕਹੀ ਗਈ ਗੱਲ, ਬਟ ਉਹ ਚੀਜ਼ ਮੈਨੂੰ ਕਾਫੀ ਸੈਂਸਲੈਸ ਲੱਗੀ ਸੀ ਕਿ ਯਾਰ ਇੱਦਾਂ ਕਿਉਂ ਰਿਪਲਾਈ ਕਰੂੰਗੀ, ਜੇ ਕਿਸੇ ਨੇ ਰਿਪਲਾਈ ਵੀ ਕਰਨਾ ਹੋਊਗਾ ਤਾਂ ਗਾਣੇ 'ਚ ਕਰੂੰਗਾ। ਸੋ ਇੱਦਾਂ ਹੋ ਸਕਦਾ ਕਿ ਹਾਂ ਉਸੇ ਦਿਨ ਆਪਣੇ ਕਰਨ ਵਾਲੇ ਬਾਈ ਨੇ ਪੋਸਟ ਅਪਲੋਡ ਕੀਤੀ ਸੀ। ਯੈਸ, ਸੋ ਕੁਛ ਤਾਂ ਹੈ ਸੀ ਜਿਹਦੇ ਵਿੱਚ ਬਾਈ ਦੇ ਲੂਈ ਵਟੋਨ ਪਾਇਆ ਹੋਇਆ ਸੀ। ਇਹ ਹੋ ਸਕਦਾ ਕਾਫੀ ਚਾਂਸ ਕਿ ਸ਼ਾਇਦ ਜਾਣ ਬੁੱਝ ਕੇ ਪੋਕ ਕੀਤਾ ਗਿਆ ਹੋਵੇ, ਕੋਈ ਮਖੌਲ ਮਸ਼ਵਰਾ ਕਰਦਾ ਹੋਵੇ ਨਿੱਜਰ ਬਾਈ, ਬਟ ਨੋ ਹੇਟ, ਨਿੱਜਰ ਬਾਈ ਦੇ ਗਾਣੇ ਬਹੁਤ ਘੈਂਟ ਹੁੰਦੇ ਆ। ਮੈਂ ਆਲਵੇਸ ਬਾਈ ਦੇ ਗਾਣੇ ਸੁਣਦਾ, ਆਲਵੇਸ ਬਾਈ ਨੂੰ ਸਪੋਰਟ ਕਰਦਾ, ਬਾਈ ਦੇ ਗਾਣੇ ਮੈਂ ਇੰਸਟਾਗ੍ਰਾਮ 'ਤੇ ਸਟੂਡੀਓ 'ਚ ਵੀ ਲਾਉਂਦਾ ਰਹਿੰਦਾ, ਕਾਫੀ ਵਾਰੀ ਮੈਂ ਬਾਈ ਦਾ ਨਾਮ ਆਪਦੀ ਵੀਡੀਓ 'ਚ ਵੀ ਫੀ। ਯੈਸ, ਮਤਲਬ ਮੇਰਾ ਤਾਂ ਫੇਵਰੇਟ ਗਾਣਾ ਕਲੋਕਿਨ ਹੈਗਾ, ਉਹ ਉੱਦਾਂ ਦੀ ਵੀਡੀਓ, ਉੱਦਾਂ ਦਾ ਲਾਈਫ ਸਟਾਈਲ ਜਿਹੜਾ ਜਾਂਦਾ ਫੀਚਰ ਕੀਤਾ। ਜਦੋਂ ਵੀ ਅੰਡਰਗਰਾਊਂਡ ਆਰਟਿਸਟਾਂ ਦਾ ਮੈਂ ਨਾਮ ਲੈਂਦਾ ਅਤੇ ਹੁੰਦਾ ਨਹੀਂ ਕਦੇ ਨਿੱਜਰ ਬਾਈ ਦਾ ਨਾਮ ਮੈਂ ਨਾ ਲਵਾਂ, ਉੱਦਾਂ ਹੀ ਐਲਬਮ ਵੀ ਬਹੁਤ ਘੈਂਟ ਸਾਊਂਡ ਕਰ ਰਹੀ ਆ। ਬਾਈ ਦੇ ਗਾਣੇ ਥੱਲੇ ਜਾ ਕੇ ਹੇਟ ਨਾ ਦਿਓ, ਕੁਛ ਵੀ ਨਾ ਕਹੀਓ, ਕਮੈਂਟ ਨਾ ਕਰੋ। ਜੇ ਕੋਈ ਆਰਟਿਸਟ ਤੁਹਾਡੇ ਫੇਵਰੇਟ ਆਰਟਿਸਟ ਨੂੰ ਬੁਰਾ ਭਲਾ ਵੀ ਕਹਿੰਦਾ, ਉਹਨੂੰ ਹੇਟ ਦੇਣ ਦੀ ਬਜਾਏ ਇਗਨੋਰ ਕਰ ਦਿਆ ਕਰੋ, ਬਸ ਮੈਂ ਇਹੀ ਆਲਵੇਸ ਕਹਿੰਦਾ ਹੁੰਦਾ। ਬਟ ਨਿੱਜਰ ਬਾਈ ਨੇ ਮੈਨੂੰ ਨਹੀਂ ਲੱਗ ਰਿਹਾ ਕਿਤੇ ਵੀ ਹਨਾ ਔਜਲੇ ਬਾਈ ਨੇ ਸੱਚ ਰਿਪਲਾਈ ਕੀਤਾ। ਸੋ ਹਾਂ, ਉਹ ਇੱਕ ਜੇਕਰ ਲਾਈਨਸ ਉੱਦਾਂ ਦੀ ਯੂਜ਼ ਕਰ ਲੈਣੀ ਆ ਜਾਂ ਉੱਦਾਂ ਦੇ ਤਰੀਕੇ ਨਾਲ ਲਿਖ ਲੈਣਾ ਕਿਸੇ ਵਾਸਤੇ, ਮੇਰੇ ਖਿਆਲ ਕਿਸੇ ਵਾਸਤੇ ਵੀ ਮਾੜਾ ਨਹੀਂ, ਕਿਸੇ ਨੂੰ ਵੀ ਹੈ ਨਾ, ਉਹ ਕੋਈ ਚੀਜ਼ ਨਹੀਂ ਹੈਗੀ। ਸਗੋਂ ਸਾਨੂੰ ਉੱਦਾਂ ਦੇ ਲਾਈਨਾਂ ਦੇ ਵਿੱਚ ਅਲੱਗ ਤਰੀਕੇ ਦੀ ਬੀਟ ਸੁਣਾਉਣਾ ਪੈਂਦੀ ਹੈ। ਅਤੇ ਇੱਕ ਚੀਜ਼ ਹੋਰ, ਲੜਾਈਆਂ ਜਿਹੜੀਆਂ ਚੱਲਦੀਆਂ ਹੁੰਦੀਆਂ ਨਾ ਇਹ ਗਾਣਿਆਂ ਦੀਆਂ, ਇਹ ਗਾਣਿਆਂ 'ਚ ਹੀ ਰਹਿਣ ਦਿਆ ਕਰੋ, ਚੱਲੀ ਜਾਣ ਦਿਆ ਕਰੋ, ਜੇ ਚੱਲਦੀਆਂ ਵੀ ਨਹੀਂ ਤਾਂ ਇਹਨਾਂ ਨੂੰ ਪਰਸਨਲ ਲਾਈਫ ਦੇ ਵਿੱਚ ਨਾ ਲੈ ਕੇ ਆਇਆ ਕਰੋ। ਜੇ ਤੁਹਾਡਾ ਕੋਈ ਜਿਵੇਂ ਹੁਣ ਸਿੱਧੂ ਦਾ ਕਰਨ ਦਾ ਸੀਗਾ, ਆਪਸ 'ਚ ਲੋਕਾਂ ਨੇ ਯਾਰੀਆਂ ਖਰਾਬ ਕਰ ਲਈਆਂ ਯਾਰ, ਜੇ ਕੋਈ ਸਿੱਧੂ ਦਾ ਫੈਨ ਸੀ ਤਾਂ ਉਹਨੂੰ ਔਜਲੇ ਵਾਲੇ ਮਾੜੇ ਲੱਗਣ ਲੱਗੇ, ਔਜਲੇ ਵਾਲੇ ਫੈਨ ਸੀ ਸਿੱਧੂ ਵਾਲੇ ਮਾੜੇ ਲੱਗਣ ਲੱਗੇ। ਸੋ ਇੱਦਾਂ ਨਹੀਂ ਕਰਨਾ ਚਾਹੀਦਾ ਚੀਜ਼, ਕੋਈ ਵੀ ਲਾਈਨਾਂ ਸਿਮਿਲਰ ਲੱਗ ਰਹੀਆਂ ਸੀ, ਉਹ ਚੀਜ਼ ਆਪਾਂ ਪੁਆਇੰਟ ਆਊਟ ਕਰਤੀ ਜਾ ਕੇ ਹੇਟ ਦੇਣ ਦੀ ਬਜਾਏ ਕਿਸੇ ਹੋਰ ਵੀਡੀਓ ਨਾ ਵੇਖਿਆ ਕਰੋ, ਇੰਨੀ ਬੇਨਤੀ ਆ ਤੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ।